ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤਪਾਲ ਸਿੰਘ ਅਤੇ ਅੱਜ ਅਸੀਂ ਆਏ ਹੋਏ ਸੀ ਤਲਵੰਡੀ ਸਾਬੋ ਅਤੇ ਇੱਥੇ ਇੱਕ ਬਹੁਤ ਸੁਣਿਆ ਸੀ ਵੀ ਭੂਤਾਂ ਵਾਲੀ ਕੋਠੀ ਆ, ਭੂਤਾਂ ਵਾਲੀ ਹਵੇਲੀ ਹੈ। ਆਹ ਤੁਸੀਂ ਜਿਹੜਾ ਰਾਹ ਦੇਖ ਰਹੇ ਹੋ ਸੁਨਸਾਨ, ਇਹ ਤਲਵੰਡੀ ਤੋਂ ਲੇਲੇ ਵਾਲੇ ਵੱਲ ਜਾਂਦਾ, ਲੇਲੇ ਵਾਲੇ ਵਾਲਾ ਰਾਹ ਰਹਿ ਗਿਆ ਇਹ। ਅਤੇ ਆਓ ਆਪਾਂ ਹਵੇਲੀ ਦੇ, ਹਵੇਲੀ ਕਹਿੰਦੇ ਹੁਣ ਤਾਂ, ਆ ਜਾਓ ਆਪਾਂ ਇਸ ਮਕਾਨ 'ਚ, ਕੋਠੀ 'ਚ ਚੱਲਦੇ ਹਾਂ, ਦੇਖਦੇ ਅੰਦਰ ਕਿੰਨੇ ਕੁ ਭੂਤ ਨੇ ਅਤੇ ਕੀ ਕੁਛ ਹੈ। ਅਤੇ ਵੜਦਾ ਸ਼ਹਿਰ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ, ਮਕਾਨ ਦੇ ਵਿੱਚ ਬੂਈਆਂ ਅਤੇ ਘਾਹ ਉੱਗਰਿਆ ਹੋਇਆ, ਹੈ ਨਾ, ਤੇਰਾਂ ਤੇਰਾਂ ਦੇ ਤੇਰਵੇਂ ਪੁੱਟਕੰਡੇ ਨੇ, ਲੇਹਾ ਨੋਰਮਲੀ ਜਿਹੜੇ ਬਰਾਨੀ ਬਣਾਂ 'ਚ ਹੁੰਦੇ ਆ, ਲੇਹੇ ਵਗੈਰਾ, ਲੇਹਾ ਲੂਹਾ ਬਾਥੂ ਵਗੈਰਾ ਉੱਗਰਿਆ ਹੋਇਆ, ਅੱਕ ਵੀ ਉੱਗਰੇ ਹੋਏ ਨੇ। ਇਹ ਬਾਹਰ ਅੰਦਰਲੀ ਸਾਈਡੋਂ ਭੇੜਿਆ ਹੋਇਆ ਦੋਸਤੋ ਦੇਖ ਸਕਦੇ ਹੋ, ਹੈ, ਅਤੇ ਇੱਧਰਲੀ ਕੰਧ ਤਾਂ ਬਿਲਕੁਲ ਹੈ ਹੀ ਨਹੀਂ, ਚਾਰ ਮੁਨੇਰੀ ਇੱਧਰਲੇ ਪਾਸੋਂ ਕੀਤੀ ਹੋਈ ਆ। ਅੱਗੇ ਆਹ ਇੱਥੇ ਕੋਈ ਐਂ ਤਾਂ ਆਉਂਦਾ ਹੋਣਾ, ਚਿੱਲਾ ਬਣਾਇਆ ਹੋਇਆ ਇੱਟਾਂ ਦਾ, ਆਪਣਾ ਦੇਸੀ ਚਿੱਲਾ ਬਣਾਇਆ ਹੋਇਆ ਨੋਰਮਲ, ਹੈਂ, ਕਿਸੇ ਨੇ ਚਾਹ ਪਾਣੀ ਧਰ ਕੇ ਪੀਤਾ ਹੋਣਾ। ਬੂਈਆਂ ਅੰਦਰ ਵੀ ਉੱਗਰੀਆਂ ਖੜੀਆਂ, ਦੇਖੋ ਪੱਥਰ ਪਾੜ ਕੇ ਵੀ ਜਿਹੜਾ ਘਾਹ ਉੱਗਰਿਆ ਆ। ਅੱਗੇ ਵੱਧਦੇ ਹਾਂ ਦੋਸਤੋ, ਇਸ ਪਾਸੇ ਆਉਂਦੇ ਹਾਂ ਤਾਂ ਸਾਨੂੰ ਭੂਤਾਂ 'ਤੇ ਰਹਿਣ ਦਾ ਇੱਕ ਸਬੂਤ ਤਾਂ ਮਿਲ ਚੁੱਕਿਆ। ਆਓ ਦੇਖੋ, ਪੂਰਾ ਐਂ ਜਿਵੇਂ ਫਿਲਮਾਂ 'ਚ ਨਹੀਂ ਹੁੰਦਾ ਕਬੂਤਰ ਉੱਡਦੇ ਆ ਸੁਣ ਥਾਂ ਥਾਂ 'ਚ, ਉਵੇਂ ਜੇਕਰ ਸਾਨੂੰ ਇੱਕ ਸਬੂਤ ਮਿਲਿਆ ਛੋਟਾ ਜਿਹਾ, ਇਹ ਆ ਲਾਈਟਰ, ਇਹ ਭੂਤਾਂ ਦਾ ਕਾਂਡ ਆ ਦੋਸਤੋ, ਇੱਥੇ ਭੂਤ ਆਉਂਦੇ ਆ। ਆਹ ਇੱਕ ਹੋਰ ਮਿਲ ਗਿਆ, ਭੂਤ ਆਉਂਦੇ ਆ ਇੱਥੇ, ਕੋਈ ਚਿੱਟਾ ਊਂ ਪੀ ਕੇ ਵਗ ਜਾਂਦਾ, ਕੋਈ ਹਾਲੇ ਤੁਹਾਨੂੰ ਹੋਰ ਦਿਖਾਉਣੇ ਆ, ਇਹ ਚਿੱਟੇ ਵਾਲੇ ਭੂਤਾਂ ਦਾ ਕੰਮ ਆ। ਆਹ ਮੀਂਗਣਾ ਬਿੱਠਾਂ ਬੱਕਰੀਆਂ ਬੁੱਕਰੀਆਂ ਦੀਆਂ ਤੁਸੀਂ ਦੇਖ ਸਕਦੇ ਹੋ, ਉਹ ਥੋਡੀ ਨੂੰ। ਆਹ ਇੱਕ ਹਰੇ ਰੰਗ ਦਾ ਹੋਰ ਹੈਗਾ ਸਬੂਤ, ਦੇਖੋ ਦੋਸਤੋ ਤੁਸੀਂ ਦੇਖੀ ਚੱਲੋ, ਇਹ ਆਹ ਸੀਸੀਆਂ 'ਚ ਪਾਣੀ ਵਗੈਰਾ ਪਾ ਕੇ ਲਿਆਉਂਦੇ ਹੋਣੇ, ਹੈ ਨਾ। ਅਤੇ ਅੱਗੇ ਦੋਸਤੋ ਆ ਲਓ, ਸਬੂਤ ਹੀ ਸਬੂਤ ਦੇਖੋ, ਇਹ ਭੂਤਾਂ ਦੇ ਸਬੂਤ ਹੈ। ਭੂਤ ਆਉਂਦੇ ਆ, ਇੰਜੈਕਸ਼ਨ ਵਗੈਰਾ ਲਾਉਂਦੇ ਆ ਇੱਥੇ, ਇੰਜੈਕਸ਼ਨ ਲਾ ਕੇ, ਅਤੇ ਤੁਸੀਂ ਦੇਖ ਸਕਦੇ ਹੋ ਵਾਧੂ ਪਏ ਆ, ਇੰਜੈਕਸ਼ਨ ਲਾ ਕੇ ਪੂਰਾ ਭਰਪੂਰ ਹੋ ਕੇ, ਹੈਂ, ਅਤੇ ਭੂਤ ਆ ਜਿਹੜੇ ਟੱਪ ਜਾਂਦੇ ਆ। ਇਹ ਦੇਖੋ, ਇਹ ਆ ਭੂਤਾਂ ਵਾਲੀ ਹਵੇਲੀ, ਜਾਣੀ ਕਿ ਭੂਤਾਂ ਨੂੰ ਵੀ, ਵੱਡੀ ਭੂਤਾਂ ਤੋਂ ਵੀ ਚੀਜ਼ ਸਾਡੇ ਪੰਜਾਬ ਦੇ ਮੁੰਡੇ ਬਣ ਚੁੱਕੇ ਆ। ਆਹ ਦੇਖ ਲਓ, ਭੂਤਾਂ ਦੇ ਵੀ ਪਿਓ ਬਣ ਗਏ ਸਾਡੇ ਮੁੰਡੇ, ਜਿਹੜੀ ਹਵੇਲੀ ਨੂੰ ਭੂਤਾਂ ਵਾਲੀ ਕੋਠੀ ਜਾਂ ਭੂਤਾਂ ਵਾਲੀ ਹਵੇਲੀ ਕਹਿੰਦੇ ਆ, ਉਹਦੇ ਵਿੱਚ ਆਹ ਕੁਛ ਆ, ਹੈਂ। ਅਸੀਂ ਆਖਿਆ ਪਤਾ ਨਹੀਂ ਕੀ ਹੋਊਗਾ, ਕਿੰਨੇ ਕੁ ਭੂਤ ਹੋਣੇ ਆ, ਕੀ ਕੁਛ ਹੋਣਾ। ਇੱਥੇ ਤਾਂ ਦੋਸਤੋ ਸਾਪੀ ਆਹ ਨਵੇਂ ਨਿਕਲਦੇ ਆ, ਦੇਖ ਲਓ, ਆਹ ਸਾਨੂੰ ਪੰਜ ਛੀ ਦਾ ਆ ਗਏ, ਹਾਲੇ ਹੋਰ ਬਹੁਤ ਹੋਣਗੇ, ਹਾਲੇ ਅੰਦਰ ਤਾਂ ਗਏ ਹੀ ਨਹੀਂ, ਹਾਲੇ ਤਾਂ ਬਾਹਰਲੇ ਬਨੇਰੇ 'ਤੇ ਗੇੜਾ ਦਿੱਤਾ, ਹੈਂ। ਦੇਖੋ ਦੋਸਤੋ ਝੱਟ ਆ ਜਾਓ, ਤੁਹਾਨੂੰ ਅੱਗੇ ਵੀ ਦਿਖਾਉਣੇ ਹੋਰ ਜੰਤਰ ਮੰਤਰ। ਆਹ ਦੋਸਤੋ ਇੱਧਰ ਵੀ ਇਹ ਜਿਹੜਾ ਇੱਥੇ ਪਰਿਵਾਰ ਰਹਿੰਦਾ ਸੀਗਾ, ਹੈ ਨਾ, ਸੁਸਾਈਡ ਕਰ ਲਿਆ, ਉਹਨਾਂ ਨੇ ਇਹ ਪੌਦੇ ਜਿਹੜੇ ਆਹ ਸ਼ੋਅ ਵਾਸਤੇ ਲਾਏ ਹੁੰਦੇ, ਪਤਾ ਨਹੀਂ ਕਿੰਨੇ ਕੁ ਸ਼ੌਂਕ ਨਾਲ ਲਾਏ ਆ, ਪਰ ਫਿਲਹਾਲ ਮਾੜਾ ਵਕਤ ਹੁੰਦਾ, ਮਾੜੇ ਵਕਤ 'ਚ ਦੇਖੋ ਤੁਸੀਂ ਕਿੰਨਾ ਘਾਹ ਖੱਬਲ ਉੱਗ ਰਿਹਾ ਆ। ਅੱਗੇ ਆਉਂਦੇ ਆ ਦੋਸਤੋ, ਇੱਧਰ ਦਾ ਇੱਧਰ ਵੀ ਬੁਰਾ ਹਾਲ ਹੀ ਆ, ਗੋਬਰ ਵਗੈਰਾ ਪਿਆ, ਸੀਸੀਆਂ ਪਈਆਂ ਨੇ, ਹੈ ਨਾ। ਆਹ ਸੀਸੀਆਂ ਤਾਂ ਪੁਰਾਣੇ ਟਾਈਮ ਦੀ ਲੱਗਦੀ ਆ, ਹੈ ਵੀ ਰੈਸਕੋਪ ਲਿਖਿਆ ਕਿ ਕੀ ਲਿਖਿਆ, ਨੈਡੈਕਸ, ਜਾਣੀ ਕਿ ਇਹ ਵੀ ਦੂਜੀ ਡਰੱਗ ਹੀ ਆ ਗਈ, ਇੱਕ ਨਸ਼ੇ ਦੇ ਤੌਰ 'ਤੇ ਵਰਤੀ ਜਾਣ ਵਾਲੀ ਆ ਗਈ। ਆਹ ਸਰਿੰਜਾਂ ਦੇ ਪੈਕਟ ਪਾਈ ਆ ਦੇਖ ਸਕਦੇ ਹੋ ਤੁਸੀਂ, ਹੈ ਨਾ, ਲੈਟਰ ਲੂਟਰ 'ਚ ਤਾਂ ਗਿਣਤੀ ਨਹੀਂ ਰਹੀ ਕੋਈ ਹੱਲ, ਇੱਕ ਆਹ ਪਿਆ ਲੈਟਰ, ਇੱਕ ਹੋ ਪਿਆ ਪਿਆ, ਇੰਨੇ ਇੰਨੇ ਸਮਾਨੇ ਨਾ ਬਾਬੇ, ਆਹ ਦੇਖ ਲਿਆ ਸੂਈ ਵੀ ਦਿਖਾ ਗਈ, ਸੂਈਆਂ, ਆਹ ਜਿਹੜੇ ਉਹ ਇਨਸੋਲਿਨ ਲੱਗਦੀ ਹੁੰਦੀ ਹੈ ਸ਼ੂਗਰ ਵਾਲੀ, ਛੋਟੀਆਂ ਸਰਿੰਜਾਂ ਦੋਸਤੋ ਦੇਖੋ, ਦੇਖੋ ਦੋਸਤੋ ਆਹ ਦੇਖੋ ਸਰਿੰਜਾਂ, ਹੈ। ਅੱਗੇ ਇੱਧਰਲੀ ਸਾਈਡ ਦੇਖੋ, ਮਕਾਨ ਪੂਰਾ ਕਿਸੇ ਨੇ ਬਹੁਤ ਸ਼ੌਂਕ ਨਾਲ ਬਣਾਇਆ ਸੀ, ਇਹ ਸੰਦ ਆਪਾਂ ਇੱਥੇ ਰੱਖ ਦਈਏ ਕਰ ਲਓ, ਮਕਾਨ ਬਹੁਤ ਸ਼ੌਂਕ ਨਾਲ ਬਣਾਇਆ ਹੋਇਆ ਸੀ। ਆਹ ਕਿਚਨ ਆ ਗਿਆ ਇੱਧਰਲੀ ਸਾਈਡ, ਕਿਚਨ ਵਿੱਚ ਵੀ ਉਹੀ ਕੁਛ ਹੈ, ਬਿੱਠਾਂ ਗੰਦ ਫੂਸ ਤਾਂ ਹੈਗਾ, ਚਲੋ ਉਹ ਤਾਂ ਸਫਾਈ ਨਹੀਂ ਹੋਈ, ਪਰ ਕਿਚਨ ਵਿੱਚ ਵੀ ਸਬੂਤ ਮਿਲ ਜਾਂਦੇ ਆ, ਸਰਿੰਜਾਂ ਵਗੈਰਾ ਪਈਆਂ ਨੇ, ਇੱਥੇ ਵੀ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਵੀ ਜਿਹੜਾ ਭੂਤਾਂ ਨੇ ਕਾਰਵਾਈ ਕੀਤੀ ਹੈ। ਅਤੇ ਅੱਗੇ ਆਉਂਦਾ ਨੂੰ ਦੋਸਤੋ, ਇੱਥੇ ਦੇਖੋ ਲਿਖ ਰੱਖਿਆ ਪੇਂਡੂ ਬੁਰਜ, ਉਹੀ ਕੁਛ ਆ, ਆਈ ਲਵ ਯੂ ਰਮਨ ਹਿੰਦੂ ਫੁੱਦੂ, ਪਤਾ ਨਹੀਂ ਕੀ ਕੁਛ ਲਿਖ ਰੱਖਿਆ ਯਾਰ, ਚਲੋ ਛੱਡੋ। ਅੱਗੇ ਬਾਥਰੂਮ ਆ, ਬਾਥਰੂਮ ਵਿੱਚ ਵੀ ਆਪਾਂ ਥੋੜ੍ਹੀ ਜਿਹੀ ਲਿਆਉਣਾ ਟਰਾਈ ਕੀ ਕੁਛ, ਬਾਥਰੂਮ ਵਿੱਚ ਵੀ ਦੋਸਤੋ ਦੇਖ ਸਕਦੇ ਹੋ, ਪਾਣੀ ਵਾਲੇ ਪੂਏ ਅਧਗੇ ਪਏ ਨੇ, ਹੈਂ, ਅਤੇ ਇੰਜੈਕਸ਼ਨ ਵਗੈਰਾ ਪਏ ਨੇ, ਬਾਕੀ ਅਤੇ ਆਹ ਦੋਸਤੋ ਫਿਰ ਆਪਾਂ ਫਰੰਟ ਸਾਈਡ ਆ ਗਏ ਦੀ, ਅਤੇ ਉੱਧਰ ਚੱਲਦੇ ਤੁਹਾਨੂੰ ਇੱਕ ਹੋਰ ਦਿਖਾਉਣੇ ਆ ਗਏ ਸੱਚ, ਜਿਹੜਾ ਸਟੋਰ ਰੂਮ ਸੀ, ਸਟੋਰ ਰੂਮ ਵਿੱਚ ਵੀ ਇੱਕ ਸੱਪ ਆ ਇਹਦੇ 'ਚ, ਆਓ ਆਓ ਮੇਨ ਕੀ ਤੁਹਾਨੂੰ ਹਲੇ ਦਿਖਾਉਣੀ ਆ, ਵੀਡੀਓ ਨਾਲ ਜੁੜੇ ਰਹੋ, ਦੇਖੀ ਚੱਲੋ, ਅਤੇ ਸ਼ੇਅਰ ਮਾਰ ਦਿਓ ਵੱਧ ਤੋਂ ਵੱਧ, ਹਨੇਰੀ ਬਣਾ ਦਿਓ ਸ਼ੇਅਰ ਮਾਰਨ ਵਾਲੀ ਦਾ, ਇਹ ਆ ਜੋ ਵੀ ਦੋਸਤੋ। ਇੱਥੇ ਹੁਣ ਅਸੀਂ ਥੋੜ੍ਹਾ ਜਿਹਾ ਲਾਈਟਿੰਗ ਦਾ ਪ੍ਰਬੰਧ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਫਿਰ ਵੀ ਮੈਂ ਤੁਹਾਨੂੰ ਫੋਨ ਦਾ ਚਾਨਣ ਕਰਕੇ ਦਿਖਾਉਣਾ, ਖੜ ਜਾਓ। ਆਹ ਪਤਾ ਕੀ ਚੀਜ਼ ਆ,
कुछ पता लग्या दोस्तों की चीज़ आ? मारो निगाह माड़ी जी, यह वह चीज़ आ जिहड़ी अपनियां मोटरां तो चोरी हुंदी आ। आ देख आ मुंडा हैदर लगे जा माड़ी जी खिची फड़ के। आ देख यह किसी ना किसी की मोटर तो वढ़ के लिया के इतने चोरी करके तो इतने ये जो तांबा कढ़ के फिर वह जिहड़ा ये सरिंजा वाला काम आ फिर करते। देखो दोस्तों आ खाली वायर के जिहड़े हुंदे आ ना खाली ये जो तांबा कढ़िया होया तो आह ग्लास ग्लूस पे आ क्यों फिर घोल के पानी च पता नहीं कहड़े लोट वो करते हैं। आह इत ही मुड़ के आ गए वह बंदे आह केबलों वगैरह करके सारा कढ़ के आपका तांबा पानी बेच के उन्हूं तो इत ही आ के दोबारे फिर वो लिया के उस पैसों का समान जिहड़ा हुंदा चिट्टा कह देंदे आ ते फिर वो इत्थे आ के ला के ते आपका आर टांगा पार टांगा हो जाते हैं। अगे दोस्तों तुहानूं होर दिखाउणी आ दोबारा तो इत्थे भी लिख रखा काकू वीरू के कलां सुखी दीप। आ जाओ दोस्तों आह दृश्य है भूतांली हवेली का जिमें कि तुम दस के अड़े हाँ भी वो जड़िया अंदर पगिया उ रुपिंदर भूत पतंदर वो भूत ही बने बैठे तुम सची यार कोठी देखण आई गगन पूजा जू आई लव जू पता नहीं की कुछ लग रखा यार चंद्रिया ने है। तो दोस्तों आप जिमें गल करते भी उ जड़िया तारा वगैरह साढ़िया मोटर च चोरी होंदिया चोरी करके कॉपर कढ़ के वेच के ते वो इत्थे लिया के कढ़ के उन्हां च तांबा है इत्थे मेन समगलिंग आ जिहड़ी तारां दी इह भूतां वाली कोठी आ मेन समगलिंग दा कारण आ जिहड़ा इह आ इह साडियां कोठी आह साडियां मोटरां दियां केबलां चोरी कराउंदी आ। सो दोस्तों ये सीगा भूतां वाली कोठी दा दृश्य आपां बाली वीडियो अगे ना वधाउंदे होए इत्थे वीडियो समाप्त करदे आ ते तुहाडे मूहरे एक रिक्वेस्ट आ भी भूतां वाली कोठी दा वहम कढो दिल चों ते अपनी वीडियो नूं वध तों वध शेयर करो चुप कढ़ दो शेयर करन वाले आए पत्थरां वांगू डलां वांगू जिवें इत्थे कंधा ते लिख रखण आए शेयर लिख दिओ अपना है वीडियो दा। सो वीडियो देखण लई तुहाडा बहुत बहुत धन्नवाद दोस्तों मेरे हाथ हुत्थ धोणे पैणे मैनूं पता नहीं कास कास नूं लग गए।